ਉਹਦੀਆਂ ਤਾਰਾਂ ਜਿਹੜੀਆਂ ਨੇ ਸਿੱਧੇ ਤੌਰ ਦੇ ਉੱਤੇ ਸੌਦੇ ਸਾਧ ਨਾਲ ਜੁੜਦੀਆਂ ਨੇ ਔਰ ਇਹਦਾ ਵਿਆਹ ਵੀ ਜਿਹੜਾ ਹੈ ਸੌਦੇ ਸਾਧ ਦੇ ਡੇਰੇ 'ਚ ਹੋਇਆ। ਸੌਦੇ ਸਾਧ ਦਾ ਬਹੁਤ ਵੱਡਾ ਜਿਹੜਾ ਹੈ ਉਹ ਚੇਲਾ ਹੈ। ਸਿੱਖਾਂ ਦਾ ਅਪਮਾਨ ਕਰਨਾ ਚਾਹੁੰਦੀਆਂ ਨੇ, ਸਿੱਖਾਂ ਦੇ ਹਿਰਦੇ ਬਲੂੰਦਰਨਾ ਚਾਹੁੰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਜੋ ਸ੍ਰੀ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੰਦਭਾਗੀ ਘਟਨਾ ਵਾਪਰੀ ਹੈ, ਉਸ ਨਾਲ ਸਮੁੱਚੇ ਸਿੱਖ ਜਗਤ ਦੇ ਅੰਦਰ ਬੜੀ ਗੁੱਸੇ ਦੀ ਲਹਿਰ ਹੈ ਔਰ ਸਾਰੇ ਸਿੱਖਾਂ ਦੇ ਹਿਰਦੇ ਜਿਹੜੇ ਨੇ ਉਹ ਬਲੂੰਦਰੇ ਗਏ ਨੇ। ਔਰ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਜਿਸ ਵੀ ਘਟੀਆ ਕਿਸਮ ਦੇ ਇਨਸਾਨ ਨੇ ਇਹ ਕੰਮ ਕੀਤਾ ਜਿਹੜਾ ਫੜਿਆ ਹੋਇਆ ਪੁਲਿਸ ਕਸਟਡੀ ਦੇ ਵਿੱਚ ਹੈ, ਉਹਦੀਆਂ ਤਾਰਾਂ ਜਿਹੜੀਆਂ ਨੇ ਸਿੱਧੇ ਤੌਰ ਦੇ ਉੱਤੇ ਸੌਦੇ ਸਾਧ ਨਾਲ ਜੁੜਦੀਆਂ ਨੇ। ਸੌਦੇ ਸਾਧ ਦੀ 7 ਮੈਂਬਰੀ ਕਮੇਟੀ ਦਾ ਮੈਂਬਰ ਜਿਹੜਾ ਇਹਦਾ ਬਾਪ ਹੈ ਔਰ ਇਹਦਾ ਵਿਆਹ ਵੀ ਜਿਹੜਾ ਸੌਦੇ ਸਾਧ ਦੇ ਡੇਰੇ 'ਚ ਹੋਇਆ ਅਤੇ ਇਹ ਆਪ ਵੀ ਸੌਦੇ ਸਾਧ ਦਾ ਬਹੁਤ ਵੱਡਾ ਜਿਹੜਾ ਹੈ ਉਹ ਚੇਲਾ ਹੈ। ਔਰ ਜਦੋਂ ਇਹ 9 ਵਜੇ ਆਪਣੇ ਘਰੋਂ ਨਿਕਲਿਆ ਅਤੇ ਲਗਾਤਾਰ ਹੀ ਇਹਦਾ ਜਿਹੜਾ ਰਾਬਤਾ ਸੀ ਫੋਨ ਦੇ ਉੱਤੇ ਉਹ ਇਹਦੀ ਘਰਵਾਲੀ ਨਾਲ ਸੀ। ਪੁਲਿਸ ਨੇ ਇਸ ਨੂੰ ਫੜਿਆ। ਅਸੀਂ ਇਹੋ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈ ਉਹ ਦੱਸੇ ਕਿ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਨੇ। ਜੇ ਇਸ ਇਨਸਾਨ ਦੇ ਪਿੱਛੇ ਸੌਦਾ ਸਾਧ ਹੈ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਜਾਂ ਸੌਦਾ ਸਾਧ ਦਾ ਸੈਕਟ ਹੈ ਤਾਂ ਫਿਰ ਉਹਦੇ ਵੀ ਪਿੱਛੇ ਕਿਹੜੀਆਂ ਵੱਡੀਆਂ ਤਾਕਤਾਂ ਨੇ ਜਿਹੜੀਆਂ ਸਿੱਖਾਂ ਨੂੰ ਜਿਹੜਾ ਹੈ ਪਰੇਸ਼ਾਨ ਕਰਨਾ ਚਾਹੁੰਦੀਆਂ ਨੇ, ਸਿੱਖਾਂ ਦਾ ਅਪਮਾਨ ਕਰਨਾ ਚਾਹੁੰਦੀਆਂ ਨੇ, ਸਿੱਖਾਂ ਦੇ ਹਿਰਦੇ ਬਲੂੰਦਰਨਾ ਚਾਹੁੰਦੀਆਂ ਨੇ। ਇਹਦੀ ਘਰਵਾਲੀ 'ਤੇ ਵੀ ਕਾਰਵਾਈ ਜਿਹੜੀ ਹੈ ਹੋਣੀ ਚਾਹੀਦੀ ਹੈ ਔਰ ਇਹਦੇ 'ਤੇ ਵੀ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ। ਅਤੇ ਮੈਂ ਅਮਰੀਕਾ ਦੀਆਂ ਵੀ ਸਿੱਖ ਸੰਗਤਾਂ ਨੂੰ ਅਪੀਲ ਕਰੂੰਗਾ ਕਿ ਇੱਥੇ ਇਹਦਾ ਬਾਪ ਜਿਹੜਾ ਇਹਨੂੰ ਪੈਸੇ ਭੇਜਦਾ ਉਹਦਾ ਖੁਰਾ ਖੋਜ ਜਿਹੜਾ ਉਹ ਕੱਢਿਆ ਜਾਵੇ। ਅਸੀਂ ਵੀ ਸਹਾਇਤਾ ਕਰਾਂਗੇ, ਪਤਾ ਕਰਵਾਵਾਂਗੇ ਕਿ ਕੌਣ ਹੈ ਇਹਦਾ ਅਮਰੀਕਾ ਦੇ ਵਿੱਚ ਬੈਠਾ ਬਾਪ ਜਿਹੜਾ ਇਹਨੂੰ ਪੈਸੇ ਭੇਜਦਾ, ਇਹੋ ਜਿਹੀਆਂ ਘਟੀਆਂ ਕਾਰਵਾਈਆਂ ਕਰਵਾਉਣ ਦੇ ਲਈ ਉਕਸਾਉਂਦਾ ਹੈ। ਅਤੇ ਇਹਦੇ ਲਈ ਸੌਦੇ ਸਾਧ ਦੇ ਉੱਤੇ ਵੀ ਜਿਹੜਾ ਉਹ ਮਾਮਲਾ ਦਰਜ ਹੋਣਾ ਚਾਹੀਦਾ ਅਤੇ ਜਿਹੜੀ ਉਹਨਾਂ ਦੀ ਪ੍ਰਬੰਧਕ ਕਮੇਟੀ ਹੈ ਸੌਦੇ ਸਾਧ ਦੇ ਡੇਰੇ ਦਾ ਪ੍ਰਬੰਧ ਚਲਾਉਣ ਵਾਲੀ ਉਹਦੇ 'ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਪਤਾ ਇਸ ਘਟਨਾ ਤੋਂ ਇਹੋ ਹੀ ਲੱਗ ਰਿਹਾ ਕਿ ਅਜੇ ਵੀ ਇਹ ਲੋਕ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।